ਬਾਹ ਛੱਡ ਮੇਰੀ, ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬਾਹ ਫੜਨ ਦੀ? ਓਲੇ ਯਾਰ ਬੰਦਾ, ਮੈਂ ਦੇਖੀ ਕਦੋਂ ਦਾ ਪਸੀਨਾ ਤੈਨੂੰ, ਵੀ ਤੂੰ ਕਿੱਥੇ ਜਾਣਾ ਇੰਨਾ ਕਦੇ ਦੱਸ ਸਕਦੀ ਯਾਰ? ਜੇ ਮੈਂ ਤੈਨੂੰ ਦੱਸਣਾ ਜ਼ਰੂਰੀ ਨਾ ਸਮਝਦੀ ਹੋਵਾਂ, ਮੈਂ ਕਿੱਥੇ ਚੱਲੀ ਹਾਂ? ਕਿਉਂ ਨਹੀਂ ਦੱਸਣਾ ਜ਼ਰੂਰੀ ਸਮਝਦੀ? ਮੈਂ ਆਪਦੀ ਮਾਂ ਨੂੰ ਮਿਲਣ ਚੱਲੀ ਹਾਂ, ਦੱਸ ਦੇ ਤੂੰ ਵੀ ਮੈਂ ਜਾਵਾਂ ਕਿ ਨਾ ਜਾਵਾਂ। ਓਲੇ ਫਿਰ ਤੂੰ ਐਂ ਦੱਸ ਦੇ, ਆਹ ਡਰਾਮੇ ਕਰਨ ਦੀ ਕੀ ਲੋੜ ਆ? ਤੂੰ ਖੜਾ, ਮੈਂ ਵੀ ਹੋਣਾ ਤਿਆਰ ਹੋ ਗਿਆ, ਆਪਾਂ ਇਕੱਠੇ ਚੱਲਦੇ ਹਾਂ। ਯਾਰ ਕਿਉਂ, ਤੇਰਾ ਹਰ ਵਾਰ ਦਾ ਇਹੀ ਕੰਮ ਹੋ ਗਿਆ, ਕਿਤੇ ਤਾਂ ਮੈਨੂੰ ਇਕੱਲੀ ਨੂੰ ਜਾ ਲੈਂਦਿਆ ਕਰ, ਤੂੰ ਉੱਥੇ ਜਾ ਕੇ ਦੱਸ ਕੀ ਕਰਨਾ? ਜਿਹੜਾ ਕੁਛ ਤੂੰ ਕਰੇਂਗੇ ਉਹੀ ਮੈਂ ਕਰ ਲੂੰ ਯਾਰ ਉੱਥੇ ਜਾ ਕੇ। ਕੀ ਕਰੇਗਾ? ਮੈਂ ਤਾਂ ਉੱਥੇ ਆ ਕੇ ਮਾਂ ਨੂੰ ਮਿਲਣ ਜਾਣਾ। ਉਹ ਮੈਂ ਵੀ ਨਹੀਂ ਕਦੇ ਮਿਲ ਕੇ, ਮੈਂ ਮਿਲੇ ਆਊਂਗਾ। ਓ ਯਾਰ ਪਲੀਜ਼, ਤੇਰੇ ਮੂਹਰੇ ਹੱਥ ਜੋੜਦੀਆਂ, ਇੱਕ ਤਾਂ ਤੇਰੀ ਸ਼ਕਲ ਇੰਨੀ ਭੈੜੀ ਆ, ਉੱਪਰੋਂ ਤੂੰ ਮੇਰੇ ਮੱਥੇ ਲੱਗ ਜਾਂਦਾ, ਮੈਨੂੰ ਨਾ ਰੋਕਿਆ ਟੋਕਿਆ ਕਰ ਆਉਂਦੀ ਜਾਂਦੀ ਨੂੰ। ਬੰਦੇ ਨੇ ਕਿਸੇ ਚੰਗੇ ਕੰਮ ਜਾਣਾ ਹੁੰਦਾ, ਤੂੰ ਆਪਦੀ ਆ ਭੈੜੀ ਸ਼ਕਲ ਦਿਖਾ ਕੇ ਨਾ ਕੰਮ ਤਾਂ ਬੰਦੇ ਦਾ ਗੱਲ ਨਾ ਹੀ ਗੱਲ ਨਾ ਹੁੰਦਾ, ਦਿਨ ਵੀ ਸਾਰਾ ਗਾਲ ਦਿੰਦਾ। ਮੈਥੋਂ ਮਾਫ ਨਹੀਂ ਹੋਣਾ, ਇਹ ਇਨਸਾਫ ਨਹੀਂ ਹੋਣਾ, ਦਾਗ ਜੋ ਲਾਇਆ ਮੇਰੇ ਤੇ ਅੰਜੂਆਂ ਨਾਲ ਸਾਫ ਨਹੀਂ। ਉਹ ਮਨਪ੍ਰੀਤ, ਮੈਨੂੰ ਚੰਗਾ ਜਿਹਾ ਨਹੀਂ ਲੱਗਦਾ, ਮੈਂ ਤੈਨੂੰ ਕਿਸੇ ਹੋਰ ਨਾਲ ਦੇਖਾਂ। ਤੇ ਤੈਨੂੰ ਕੀ ਲੱਗਦਾ ਵੀ ਮੈਂ ਉਸ ਘਰ 'ਚ ਰਹਿ ਕੇ ਬਹੁਤ ਖੁਸ਼ ਹਾਂ? ਤੈਨੂੰ ਪਤਾ ਮੈਨੂੰ ਉੱਥੇ ਕਿੰਨੀ ਘੁੱਟਣ ਮਹਿਸੂਸ ਹੁੰਦੀ ਆ, ਜਮਾਂ ਵਧੀਆ ਨਹੀਂ ਲੱਗਦਾ ਮੈਨੂੰ ਉੱਥੇ ਰਹਿ ਕੇ। ਉਹ ਫਿਰ ਤੂੰ ਉਹ ਘਰ ਨੂੰ ਛੱਡ ਦੇ, ਮੇਰੇ ਕੋਲ ਆ ਜਾ। ਆਏ ਆਉਣਾ ਸੌਖਾ ਪਿਆ, ਤੈਨੂੰ ਲੱਗਦਾ ਉਹ ਕਾਲੂ ਜਿਹਾ ਇੰਨੇ ਸੌਖੇ ਤਰੀਕੇ ਨਾਲ ਮੇਰਾ ਖਹਿੜਾ ਛੱਡ ਦੂਗਾ? ਜੇ ਉਹਨੂੰ ਤਲਾਕ ਦਿਉਂਗੀ ਨਾ, ਫਿਰ ਕਿਤੇ ਨਿਕਲ ਦਊਗਾ ਉਹ ਮੈਨੂੰ, ਨਹੀਂ ਐਵੇਂ ਨਹੀਂ ਉਹਨੇ ਮੈਨੂੰ ਘਰੋਂ ਬਾਹਰ ਪੈਰ ਧਰਨ ਦੇਣਾ। ਉਹ ਤਾਂ ਤੇਰੀ ਗੱਲ ਮੈਂ ਸਮਝਦਾ, ਤੂੰ ਤਲਾਕ ਹੀ ਕਿਉਂ ਲੈਣਾ? ਕੀ ਮਤਲਬ ਤੇਰਾ? ਆਪਾਂ ਘਰੋਂ ਭੱਜ ਜਾਂਦੇ ਹਾਂ, ਉਹ ਮੇਰਾ ਮਤਲਬ ਆਪਾਂ ਘਰੋਂ ਭੱਜ ਕੇ ਵਿਆਹ ਕਰਾ ਲਾਂਗੇ। ਨਾ ਤਾਂ ਉੱਥੇ ਮੇਰੇ ਮਾਂ ਪਿਓ ਹੋਣਗੇ, ਨਾ ਤੇਰੀ ਮਾਂ ਹੋਊਗੀ, ਅਤੇ ਨਾ ਤੇਰਾ ਉਹ ਕਾਲਾ ਜਿਹਾ ਘਰ ਵਾਲਾ ਹੋਊਗਾ, ਆਪਾਂ ਦੋਨੇ ਹੋਵਾਂਗੇ। ਆਈਡੀਆ ਤਾਂ ਵੈਸੇ ਤੇਰਾ ਜਮਾਂ ਸਹੀ ਆ, ਮੇਰੇ ਕੋਲ ਇਹੋ ਜਿਹਾ ਦਿਮਾਗ ਕਿਉਂ ਨਹੀਂ ਹੈਗਾ? ਪਰ ਕੀ ਕਰਾਂ, ਦਿਮਾਗ ਤਾਂ ਉਹ ਕਾਲੂ ਨੇ ਚੱਟ ਰੱਖਿਆ ਮੇਰਾ ਸਾਰਾ। ਉਹ ਬਸ ਹੁਣ ਥੋੜ੍ਹੇ ਦਿਨ ਹੀ ਆ, ਆਪਾਂ ਜਲਦੀ ਵਿਆਹ ਕਰਾ ਲਾਂਗੇ। ਹਾਂ ਫਿਰ ਆਪਾਂ ਦੋਨੇ ਖੁਸ਼ੀ ਖੁਸ਼ੀ ਰਹਾਂਗੇ। ਸਹੀ ਗੱਲ, ਨਾ ਉੱਥੇ ਕੋਈ ਆ ਸਕੂਗਾ ਨਾ ਜਾ ਸਕੂਗਾ। ਚੱਲ ਕੋਈ ਗੱਲ ਨਹੀਂ, ਵਧੀਆ ਤੇਰਾ ਪੈਡਾ ਸੁਟੂਗਾ ਉਦੋਂ, ਸਾਰਿਆਂ ਤੋਂ ਦੂਰ ਭੱਗ ਜਾਵਾਂਗੇ ਆਪਾਂ, ਹੈ ਨਾ? ਹਾਂ ਹਾਂ ਸਹੀ ਗੱਲ ਆ, ਕੋਈ ਗੱਲ ਨਹੀਂ, ਬਸ ਥੋੜ੍ਹੇ ਦਿਨ। ਉਹ ਰੋਕੀ ਕਾਲੇ, ਉਹ ਦੇਖੋ ਇਹ ਜੋੜੀ ਅੱਜ ਫੇਰ ਇਕੱਠੀ ਬੈਠੀ ਆ, ਹੱਥਾਂ 'ਚ ਹੱਥ ਪਾਈ। ਉਹ ਇਹ ਕਿਵੇਂ ਹੋ ਸਕਦਾ ਗਾ, ਆਪਾਂ ਤਾਂ ਇਹਨਾਂ ਦੀ ਯਾਰੀ ਤੜਵਾਉਣ ਲਈ ਬਹੁਤ ਜ਼ੋਰ ਲਾਇਆ ਸੀ, ਇੱਥੇ ਤੱਕ ਇਹਨਾਂ ਦਾ ਵਿਆਹ ਵੀ ਤੜਵਾਤਾ ਜੀ ਆਪਾਂ ਤਾਂ। ਉਹ ਇਹੀ ਤਾਂ ਕਾਲੇ ਯਾਰ, ਮੈਨੂੰ ਸਮਝ ਨਹੀਂ ਆ ਰਿਹਾ ਇਹ ਕੀ ਬਣ ਗਿਆ ਯਾਰ। ਉਹ ਕੋਈ ਨਾ, ਫਿਰ ਕੀ ਹੋਇਆ, ਇਹਨਾਂ ਦੇ ਛਿੱਤਰ ਪਰੇਡ ਕਰਾਉਣ ਲਈ ਮੇਰੇ ਕੋਲ ਇੱਕ ਆਈਡੀਆ ਹੈਗਾ। ਕੀ ਆਈਡੀਆ? ਉਰੇ ਆ। ਹੁਣ ਦੇਖੀ ਚੱਲ ਬਣਦਾ ਕੀ। ਤੇਰਾ ਹੱਸਣਾ ਵੀ ਜੰਨਤ ਹੈ, ਤੇਰਾ ਤਾਵੀਜ਼ ਜੰਨਤ ਹੈ, ਉਹ ਜੰਨਤ ਹੈ ਤੇਰਾ ਮੁਖੜਾ, ਤੇਰੀ ਹਰ ਚੀਜ਼ ਜੰਨਤ ਹੈ, ਉਹ ਤੇਰੇ ਪੈਰ ਵੀ ਜੰਨਤ ਹੈ, ਉਹ ਤੇਰੇ ਸ਼ਹਿਰ ਵੀ ਜੰਨਤ ਹੈ, ਉਹ ਅਸੀਂ ਵੀ ਜਾਣੇ ਇੱਕੋ ਸਾ, ਤੇਰੇ ਜ਼ਹਿਰ ਵੀ ਜੰਨਤ ਹੈ, ਉਹ ਜੰਨਤ ਹੈ ਤੇਰੀ ਗਲੀਆਂ, ਤੇਰੀ ਦਹਲੀਜ਼ ਜੰਨਤ ਹੈ।
ਓਏ ਕਿਰਾਏਦਾਰਨੀ ਦੀ ਮਾਂ ਹਰ ਟਾਈਮ ਹੀ ਦੁੱਧ ਲੈਣ ਆਉਂਦੀ ਹੁੰਦੀ ਹੈਗੀ। ਓਏ ਹੌਸਲਾ ਰੱਖ, ਆਉਂਦੀ ਹੋਊਗੀ। ਬਾਕੀ ਦੇਖ ਕੇ ਆ। ਓਏ ਉਹ ਆਉਂਦੀ ਆ ਓਏ। ਅੱਛਾ ਆ ਗਈ। ਓਏ ਨਵੀ ਓਏ, ਉਹ ਜਿਹੜੀ ਆਪਣੇ ਪਿੰਡ ਵਾਲੀ ਕਿਰਾਏਦਾਰਨੀ ਦੀ ਮਨਪ੍ਰੀਤ ਹੈਗੀ, ਅੱਜ ਯਾਰ ਜੋਤ ਨਾਲ ਬੈਠੀ ਦੇਖੀ ਸੀ ਮੈਂ। ਉਹ ਤਾਂ ਦੋਵੇਂ ਹੱਸ ਹੱਸ ਕੇ ਗੱਲਾਂ ਕਰਦੇ ਸੀ। ਦੇਖ ਲਾ ਵਿਆਹ ਤੋਂ ਬਾਅਦ ਵੀ ਆਪਦੇ ਘਰ ਵਾਲੇ ਨੂੰ ਧੋਖਾ ਦੇ ਰਹੀ ਹੈਗੀ। ਉਹ ਤੈਨੂੰ ਕਿਵੇਂ ਪਤਾ ਸਾਰੀ ਗੱਲ ਦਾ? ਓਏ ਅੱਜ ਜਦੋਂ ਮੈਂ ਸ਼ਹਿਰ ਜਾ ਰਿਹਾ ਸੀ ਤਾਂ ਰਸਤੇ ਦੋਵੇਂ ਇਕੱਠੇ ਬੈਠੇ ਸੀਗੇ। ਇੱਕ ਵਾਰ ਤਾਂ ਮੈਨੂੰ ਵੀ ਯਕੀਨ ਨਹੀਂ ਆਇਆ ਹੈਗਾ, ਉਹ ਤਾਂ ਦੋਵੇਂ ਇੱਕ ਦੂਜੇ ਦੇ ਹੱਥ 'ਚ ਹੱਥ ਪਾਈ ਬੈਠੇ ਸੀਗੇ। ਅੱਛਾ, ਉਹ ਤਾਂ ਹਜੇ ਵੀ ਮਿਲਦੇ ਨੇ ਇੱਕ ਦੂਜੇ ਨੂੰ। ਅੱਛਾ, ਹੈਲੋ, ਆ ਗਈ ਮਨਪ੍ਰੀਤ? ਤੂੰ ਤੇ ਨਾਲੇ ਤੂੰ ਇੰਨਾ ਖੁਸ਼ ਲੱਗ ਰਹੀ ਆ, ਕੀ ਲੱਭ ਗਿਆ ਤੈਨੂੰ? ਬੋਲ ਮਨਪ੍ਰੀਤ। ਨਾ ਬੰਦਾ ਉਦੋਂ ਹੀ ਖੁਸ਼ ਹੁੰਦਾ ਜਦੋਂ ਬੰਦੇ ਨੂੰ ਕੁਝ ਮਿਲਦਾ, ਉਹ ਬੰਦਾ ਖੁਸ਼ ਨਹੀਂ ਹੋ ਸਕਦਾ? ਲੈ ਬੰਦਾ ਉਦੋਂ ਹੀ ਖੁਸ਼ ਹੁੰਦਾ ਜਦੋਂ ਬੰਦੇ ਦੀ ਕੋਈ ਮੁਰਾਦ ਪੂਰੀ ਹੋ ਜੇ। ਬਸ ਫਿਰ ਇਹੀ ਸਮਝ ਲਾ ਵੀ ਮੇਰੀਆਂ ਸਾਰੀਆਂ ਮੁਰਾਦਾਂ ਤੇ ਰੀਝਾਂ ਨਾ ਪੂਰੀਆਂ ਹੋ ਗਈਆਂ। ਚੱਲ ਵਧੀਆ ਗੱਲ ਆਏ ਤਾਂ ਮਨਪ੍ਰੀਤ। ਵੈਸੇ ਮਨਪ੍ਰੀਤ ਤੂੰ ਕਿੱਥੇ ਗਈ ਸੀ? ਤੈਨੂੰ ਦੱਸ ਤਾਂ ਦਿੱਤਾ ਸੀ ਵੀ ਮੈਂ ਆਪਦੀ ਮੰਮੀ ਕੋਲੇ ਚੱਲੀ ਆ, ਹੁਣ ਤੈਨੂੰ ਸਟਾਂਪ ਪੇਪਰ ਤੇ ਲਿਖ ਕੇ ਦੇਵਾਂ। ਉਹ ਮਨਪ੍ਰੀਤ ਮੇਰੀ ਗੱਲ ਤਾਂ ਸੁਣਾ, ਬੇਬੇ ਲਵੇ ਤਾਂ ਤੂੰ ਗਈ ਨਹੀਂ ਹੈਗੀ, ਫੋਨ ਆਇਆ ਸੀ ਮੈਨੂੰ ਬੇਬੇ ਦਾ। ਅੱਛਾ, ਤਾਂ ਤੈਨੂੰ ਫੋਨ ਆ ਗਿਆ। ਚੱਲ ਸੁਣ ਲੈ ਫਿਰ, ਨਹੀਂ ਗਈ ਸੀ ਮੈਂ ਆਪਦੀ ਮੰਮੀ ਕੋਲੇ, ਮੈਂ ਆਪਦੇ BF ਨੂੰ ਮਿਲਣ ਗਈ ਸੀ। ਇਹ ਕੀ ਕਹਿ ਰਹੇ ਹੋ ਤੂੰ ਮਨਪ੍ਰੀਤ? ਗੁੱਸਾ ਆਉਂਦਾ ਤੈਨੂੰ? ਬਹੁਤ ਗੁੱਸਾ ਆਉਂਦਾ। ਕੋਈ ਨਾ, ਤੇਰੇ ਮੈਂ ਸਾਰੇ ਕਰਤੂਤਾਂ ਨਾ ਬੇਬੇ ਨੂੰ ਹੁਣੇ ਦੱਸਦਾ ਫੋਨ ਕਰਕੇ। ਜਿਹਨੂੰ ਮਰਜ਼ੀ ਫੋਨ ਲਾ ਕੇ ਦੱਸ ਦੇ, ਨਾ ਤਾਂ ਮੈਂ ਬੇਬੇ ਤੋਂ ਡਰਦੀ ਆ ਤੇ ਨਾ ਡਰਦੀ ਆ ਤੇਰੇ ਤੋਂ। ਜੋਤ ਦੀ ਸੀ, ਜੋਤ ਦੀ ਹੈਗੀ ਆ ਤੇ ਜੋਤ ਦੀ ਰਹੂੰਗੀ ਮੈਂ। ਮੈਂ ਨਾ ਕੋਈ ਤੇਰੇ ਨਾਲ ਵਿਆਹ ਕਰਾ ਕੇ ਰਾਜੀ ਨਹੀਂ ਸੀਗੀ, ਨਾ ਖੁਸ਼ ਆ ਤੇਰੇ ਨਾਲ ਰਹਿ ਕੇ। ਮੈਂ ਜ਼ਬਰਦਸਤੀ ਕੀਤਾ ਮੇਰਾ ਵਿਆਹ ਮੇਰੇ ਘਰਦਿਆਂ ਨੇ ਤੇਰੇ ਨਾਲ। ਫਿਰ ਕਿਉਂ ਕਰਵਾਇਆ ਮੇਰੇ ਨਾਲ ਵਿਆਹ? ਫਿਰ ਤੂੰ ਪਹਿਲੀ ਭੱਜ ਜਾਂਦੀ। ਇਹ ਸੁਜੈਸ਼ਨ ਤੂੰ ਮੈਨੂੰ ਬਹੁਤ ਵਧੀਆ ਦਿੱਤੀ ਆ, ਤੇਰੇ ਭਲੇ ਲਈ ਤੈਨੂੰ ਦੱਸਦਾ ਇੱਕ ਦੋ ਦਿਨ 'ਚ ਅਸੀਂ ਭੱਜਣ ਵਾਲੀ ਹਾਂ। ਵਾ ਸੱਜਣਾ ਤੇਰੀ ਖੈਰ ਹੋਵੇ, ਮੁੱਲ ਪਾਇਆ ਮੁਹੱਬਤਾਂ ਪਾਈਆਂ ਦਾ, ਨੈਣੀ ਅੱਥਰੂ ਬੁੱਲਾਂ ਤੇ ਹੋ ਕੇ ਨੇ।
ਮੰਮੀ ਤੁਸੀਂ ਹੁਣ ਪਾਣੀ ਲੈ ਵੀ ਆਉਣਾ ਕਿਵੇਂ ਹੋ? ਕੀ ਹੋ ਮੰਮੀ? ਮੰਮੀ ਕੀ ਹੋਇਆ ਗੱਲ ਤਾਂ ਦੱਸੋ। ਮੰਮੀ ਪਲੀਜ਼ ਮੇਰੀ ਬਾਹ ਛੱਡੋ। ਨਾ ਮੈਂ ਕੀ ਸੁਣਦੀ ਆ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਹਜੇ ਵੀ ਜੋਤ ਨੂੰ ਮਿਲਦੀ ਫਿਰਦੀ ਆ। ਮੰਮੀ ਇਹ ਤੁਹਾਨੂੰ ਕਿਹਨੇ ਕਿਹਾ? ਮੈਨੂੰ ਸਭ ਪਤਾ, ਉੱਥੇ ਉਹ ਗੱਲਾਂ ਕਰਦੇ ਤੇ ਮੁੰਡੇ ਆਪਣੇ ਪਿੰਡ ਦੇ, ਮੈਂ ਦੁੱਧ ਲੈਣ ਗਈ ਸੀ ਡੇਰੀ ਤੇ। ਨਹੀਂ ਤੂੰ ਸ਼ਰਮ ਕਰ ਲਾ ਮਾੜੀ ਮੋਟੀ, ਉਹਦੇ ਨਾਲ ਨਹਿਰ ਦੇ ਕੰਢੇ ਤੇ ਬੈਠੀ ਕੀ ਕਰਦੀ ਸੀ ਤੂੰ? ਮੰਮੀ ਮੇਰੀ ਇਹੋ ਜੀ। ਬੇਬੇ ਤੁਸੀਂ ਕਦੋਂ ਆਏ? ਬਸ ਹੁਣ ਇਹ ਸੀ ਪੁੱਤ, ਮੈਂ ਤਾਂ ਮਹਾ ਚੱਲ ਮਾੜਾ ਜਿਹਾ ਮਿਲਿਆ ਵਾਂ ਤਾਂ ਕਰ ਦਿਆ ਕੀਤਾ। ਬੇਬੇ ਤੂੰ ਆ ਗਈ, ਚੱਲ ਕੋਈ ਨਾ ਬੈਠ ਜਾ ਪੁੱਤ। ਨਾ ਨਾ ਕੋਈ ਨਾ ਬੇਬੇ, ਤੁਸੀਂ ਕਰੋ ਗੱਲਾਂ ਬਾਤਾਂ, ਮੈਨੂੰ ਥੋੜ੍ਹਾ ਜਿਹਾ ਕੰਮ ਆ, ਮੈਂ ਕੰਮ ਕਰਿਆ। ਉਹ ਤਾਂ ਅਸੀਂ ਵੈਸੇ ਹੀ ਗੱਲਾਂ ਕਰਦੇ ਤੀ ਮਾਮਾ ਦੀ। ਚੱਲ ਕੋਈ ਨਾ ਬੇਬੇ ਕਰ ਲਓ। ਮੈਂ ਪ੍ਰਾਹੁਣੇ ਕਰਕੇ ਚੁੱਪ ਕਰ ਗਈ, ਤੂੰ ਬਹੁਤ ਸਾਡੀ ਮਿੱਟੀ ਬਤੀਲ ਕਰਤੀ। ਮੇਰੀ ਗੱਲ ਸੁਣ ਲਾ, ਹੁਣ ਸੁਧਰ ਜਾ, ਤੇਰਾ ਵਿਆਹ ਹੋ ਗਿਆ, ਆਪਦੇ ਘਰ ਵੱਲ ਧਿਆਨ ਦੇ ਲਾ। ਮੈਂ ਤਾਂ ਸ਼ੁਕਰ ਆ ਦੁੱਧ ਲੈਣ ਬਾਗੀ ਨਹੀਂ, ਮੈਨੂੰ ਕੀ ਪਤਾ ਲੱਗਣਾ ਦੀਆਂ ਗੱਲਾਂ ਦਾ। ਚੋਰੀਆਂ ਸੁਣੀਆਂ ਉੱਥੇ ਖੜ ਕੇ ਮੈਂ ਗੱਲਾਂ ਉਹਨਾਂ ਦੀਆਂ, ਕੀ ਕੀ ਗੱਲਾਂ ਕਰਦੇ ਨੇ, ਮੂੰਹ 'ਚ ਗੂੰਹ ਦਿੰਦੇ ਨੇ ਲੋਕ। ਬੇਬੇ ਜਲੂਸ ਨਾ ਕੱਢ, ਬੈਠ ਜਾ, ਮੈਂ ਚਾਹ ਲੈ ਕੇ ਆਉਂਦੀ ਹਾਂ। ਬਸ ਰੱਜੀ ਤੇ ਹੀ ਮੈਂ ਤੇਰੀਆਂ ਚਾਹਾਂ ਤੋਂ, ਮੈਨੂੰ ਬਥੇਰੇ ਕੰਮ ਨੇ ਘਰੇ, ਤੇਰੇ ਮੂਹਰੇ ਹੱਥ ਬੰਨਦੀ ਆ। ਸਾਡੀ ਇੱਜ਼ਤ ਦਾ ਮਾੜਾ ਮੋਟਾ ਖਿਆਲ ਰੱਖ ਲਾ, ਨਾਲੇ ਇਸ ਘਰ ਦੀ ਇੱਜ਼ਤ ਦਾ। ਮੈਂ ਜਾਣੀ ਆ ਹੁਣ, ਮੇਰੇ ਮਗਰੋਂ ਕੋਈ ਤਮਾਸ਼ਾ ਨਹੀਂ ਹੋਣਾ ਚਾਹੀਦਾ, ਸਮਝ ਲੱਗੀ? ਪ੍ਰਾਹੁਣਾ ਨਰਮ ਆ, ਉਹਦੇ ਨਾਲ ਨਾ ਢੰਗ ਨਾ ਰਹਿ ਲਾ। ਓ ਬੇਬੇ ਚੱਲੇ ਵੀ ਤੁਸੀਂ, ਰਹਿ ਜਾਂਦੇ ਅੱਜ ਤਾਂ? ਓ ਨਹੀਂ ਪੁੱਤ, ਮੈਂ ਤਾਂ ਥੋੜ੍ਹਾ ਜਿਹਾ ਨਾ ਰਾਸ਼ਨ ਲੈਣਾ ਸੀਗਾ, ਮੇਰੇ ਹਾਲ ਜੇ ਉੱਠੇ, ਮੈਂ ਚੱਲ ਮਾੜਾ ਜਿਹਾ ਪਤਾ ਲੈ ਕੇ ਆਉਂਦੀ ਹਾਂ ਤਾਂ ਕਰਕੇ, ਤੇ ਬਾਰ ਬੂਰ ਖੁੱਲ੍ਹੀ ਛੱਡੇ ਸੀ, ਮੈਂ ਤਾਂ ਜਿੰਦੇ ਖੁੰਦੇ ਵੀ ਨਹੀਂ ਲਾ ਕੇ ਆਈ ਹੈਗੀ। ਠੀਕ ਹੈ ਬੇਬੇ, ਚੱਲ ਕੋਈ ਨਾ ਪੁੱਤ, ਫੇਰ ਆਉਂਗੀ, ਧਿਆਨ ਰੱਖੀ ਆਪਣਾ। ਚੰਗਾ, ਹਾਂ ਫੇਰ ਕਿਹੜਾ ਮਰਜ਼ੀ ਬੇਬੇ। ਚੰਗਾ ਪੁੱਤ, ਹਾਂ ਠੀਕ ਹੈ ਬੇਬੇ, ਠੀਕ ਆ। ਮਨਪ੍ਰੀਤ ਤੂੰ ਮੈਨੂੰ ਐਂ ਦੱਸ ਯਾਰ, ਤੂੰ ਸੱਚੀ ਨਹੀਂ ਮੇਰੇ ਨਾਲ ਰਹਿਣਾ ਚਾਹੁੰਦੀ? ਮੈਂ ਹੁਣ ਤੈਨੂੰ ਇੱਕੋ ਗੱਲ ਵਾਰ ਵਾਰ ਬੋਲ ਕੇ ਦੱਸਿਆ ਕਰਾਂ, ਤੈਨੂੰ ਸੁਬਾ ਸ਼ਾਮ ਮੈਂ ਇੱਕੋ ਹੀ ਗੱਲ ਕਹਿੰਦੀ ਹਾਂ, ਮੈਂ ਤੇਰੇ ਨਾਲ ਰਹਿ ਕੇ ਨਹੀਂ ਖੁਸ਼ ਹਾਂ, ਨਹੀਂ ਖੁਸ਼ ਹਾਂ। ਕਿਉਂ ਨਹੀਂ ਤੇਰੇ ਪੱਲੇ ਪੈਂਦੀ ਇਹ ਗੱਲ? ਜੇ ਤੂੰ ਮੈਨੂੰ ਪਹਿਲਾਂ ਦੱਸਦੀ ਨਾ ਮਨਪ੍ਰੀਤ, ਮੈਂ ਤੈਨੂੰ ਕਦੇ ਵੀ ਨਾ ਰੋਕਦਾ ਟੋਕਦਾ। ਵੈਸੇ ਵੀ ਮੈਂ ਹੁਣ ਕਿਹੜਾ ਤੈਨੂੰ ਕੋਈ ਰੋਕਦਾ ਟੋਕਦਾ, ਪਰ ਤੇਰੇ ਆਉਣ ਨਾਲ ਨਾ ਮੈਨੂੰ ਇੰਝ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਨਾ ਹੁਣ ਖੁਸ਼ੀ ਨਾਲ ਭਰ ਜੂਗੀ। ਮੈਂ ਪਹਿਲਾਂ ਆਪਦੇ ਨੂੰ ਇਕੱਲਾ ਮਹਿਸੂਸ ਕਰਦਾ ਸੀ ਵੀ ਹੁਣ ਚੱਲ ਤੂੰ ਆ ਗਈ ਵੀ ਹੁਣ ਮੈਂ ਖੁਸ਼ ਰਿਹਾ ਕਰੂੰਗਾ, ਪਰ ਨਾ, ਸਗੋਂ ਮੈਂ ਤਾਂ ਹੁਣ ਵੀ ਇਕੱਲਾਪਣ ਮਹਿਸੂਸ ਕਰਦਾ ਆਪਣੇ ਆਪ ਨੂੰ। ਫਿਰ ਹੁਣ ਇਹਦੇ 'ਚ ਮੈਂ ਕੀ ਕਰ ਸਕਦੀ ਹਾਂ? ਜੇ ਤੂੰ ਮਨਪ੍ਰੀਤ ਮੈਨੂੰ ਵਿਆਹ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਦੱਸ ਦਿੰਦੀ ਨਾ, ਸ਼ਾਇਦ ਆਪਣੇ ਦੋਵਾਂ ਦੀ ਜ਼ਿੰਦਗੀ ਇੰਨੀ ਖਰਾਬ ਨਾ ਹੁੰਦੀ। ਪਰ ਕੋਈ ਗੱਲ ਨਹੀਂ ਮਨਪ੍ਰੀਤ, ਮੇਰੀ ਜ਼ਿੰਦਗੀ ਜਿਹੜੀ ਖਰਾਬ ਹੋਣੀ ਸੀ ਉਹ ਤਾਂ ਹੋ ਗਈ, ਪਰ ਮੈਂ ਵਾਅਦਾ ਕਰਦਾ ਤੇਰੀ ਜ਼ਿੰਦਗੀ ਖਰਾਬ ਨਹੀਂ ਹੋਣ ਦਿੰਦਾ ਮੈਂ। ਜਿੱਥੇ ਤੇਰਾ ਦਿਲ ਕਰੂਗਾ ਨਾ ਤੂੰ ਉੱਥੇ ਜਾ ਸਕਦੀ ਯਾਰ, ਮੈਂ ਤੈਨੂੰ ਕਦੇ ਵੀ ਨਹੀਂ ਰੋਕਦਾ ਟੋਕਦਾ ਹੈਗਾ। ਅੱਛਾ, ਬਹੁਤ ਬਹੁਤ ਧੰਨਵਾਦ ਤੇਰਾ, ਜਿਹੜਾ ਤੂੰ ਮੇਰੇ ਬਾਰੇ ਨਾ ਇੰਨਾ ਸੋਚ ਲਿਆ। ਮੇਰੀ ਜ਼ਿੰਦਗੀ ਦੀ ਪਰਵਾਹ ਕਰਦਾ ਤੂੰ, ਮੇਰੀ ਸਕੀ ਮਾਂ ਨੇ ਤਾਂ ਨਹੀਂ ਕੀਤੀ ਮੇਰੀ ਪਰਵਾਹ, ਵੀ ਮੇਰੀ ਧੀ ਕਿੱਥੇ ਕੁਛ ਹੈਗੀ ਹੈ ਕਿੱਥੇ ਨਹੀਂ। ਮਨਪ੍ਰੀਤ ਤੈਨੂੰ ਇੱਕ ਗੱਲ ਮੈਂ ਹੋਰ ਕਹਿਣਾ, ਅੱਜ ਨਾ ਮੈਨੂੰ ਆਪਣੇ ਮਾਂ ਪਿਓ ਦੀ ਬਹੁਤ ਯਾਦ ਆ ਰਹੀ ਆ। ਸਾਰਾ ਮੇਰੇ ਘਰ
ਫਿਰ ਕੋਈ ਮਨਪ੍ਰੀਤ ਜੇ ਤੂੰ ਮੇਰੀ ਫਿਕਰ ਨਹੀਂ ਕਰਦੀ ਮੈਂ ਤਾਂ ਯਾਰ ਤੇਰੀ ਫਿਕਰ ਕਰਦਾ ਨਾਲੇ ਜੇ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਰ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਨਾ ਬਸ ਇਸੇ ਪਿਆਰ ਦੀ ਖਾਤਰ ਨਾ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਵਧੀਆ ਲੱਗਦੀਆਂ ਨੇ ਤੇਰੀ ਕਿਸੇ ਵੀ ਗੱਲ ਦਾ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਨਾ ਕੋਈ ਬੁਰੀ ਲੱਗਦੀ ਆ ਨਾਲੇ ਇੱਕ ਗੱਲ ਹੋਰ ਮਨਪ੍ਰੀਤ ਤੈਨੂੰ ਨਾ ਇਸ ਘਰੋਂ ਭੱਜਣ ਦੀ ਲੋੜ ਨਹੀਂ ਹੈਗੀ ਮੈਂ ਤੈਨੂੰ ਯਾਰ ਤਲਾਕ ਦੇ ਦੂੰਗਾ ਤੂੰ ਯਾਰ ਰਾਜ ਖੁਸ਼ੀ ਇਸ ਘਰ 'ਚੋਂ ਜਾ ਸਕਦੀ ਹਾਂ ਜਦੋਂ ਮੈਂ ਤੈਨੂੰ ਤਲਾਕ ਹੀ ਦੇਤਾ ਨਾਲ ਤੈਨੂੰ ਕੋਈ ਰੋਕ ਟੋਕ ਕਰਨ ਵਾਲਾ ਹੋਣਾ ਅਤੇ ਤੂੰ ਯਾਰ ਰਾਜ ਖੁਸ਼ੀ ਆਪਦਾ ਹੁਣ ਜ਼ਿੰਦਗੀ ਬਤੀਤ ਕਰ ਸਕਦੀ ਹੈ ਇਹ ਤੂੰ ਸੱਚ ਕਹਿ ਰਿਹਾ ਹਾਂ ਮਨਪ੍ਰੀਤ ਮੈਂ ਸੱਚ ਕਹਿ ਰਿਹਾ ਯਾਰ ਕਿਉਂਕਿ ਯਾਰ ਤੇਰੀਆਂ ਖੁਸ਼ੀਆਂ ਵਿੱਚ ਹੀ ਮੇਰੀ ਖੁਸ਼ੀ ਆ ਜੇ ਤੂੰ ਖੁਸ਼ ਹਾਂ ਤਾਂ ਮੈਂ ਖੁਸ਼ ਹਾਂ ਤੇਰੀ ਖੁਸ਼ੀ ਲਈ ਮੈਂ ਕੁਝ ਵੀ ਕਰ ਸਕਦਾ ਮਨਪ੍ਰੀਤ ਚਲ ਕੋਈ ਨਾ ਮਨਪ੍ਰੀਤ ਮੈਂ ਆਪੇ ਕਰ ਲੂੰਗਾ ਤੂੰ ਆਹ ਧਿਆਨ ਰੱਖੀ ਆਪਣਾ ਬਾਰ-ਬਾਰ ਫੋਨ ਕੱਟ ਰਹੀ ਆ ਤਾਂ ਤੈਨੂੰ ਸਮਝ ਆਉਣੀ ਚਾਹੀਦੀ ਆ ਵੀ ਉਹ ਕਿਸੇ ਕੰਮ 'ਚ ਬਿਜ਼ੀ ਆ ਜਦੋਂ ਮੈਂ ਵਿਹਲੀ ਹੋਊਂਗੀ ਤੈਨੂੰ ਆਪਣੇ ਆਪ ਕਾਲ ਕਰ ਲੂੰਗੀ ਕਿਉਂ ਤੂੰ ਮੈਨੂੰ ਵਾਰ-ਵਾਰ ਫੋਨ ਕਰੀ ਜਾਂਦਾ ਉਹ ਮੈਂ ਤੈਨੂੰ ਇਹ ਯਾਦ ਕਰਾਉਣ ਲਈ ਫੋਨ ਕੀਤਾ ਸੀ ਵੀ ਅੱਜ ਆਪਾਂ ਨੇ ਘਰੋਂ ਭੱਜਣਾ ਤੇ ਤੂੰ ਭੱਜਣ ਲਈ ਤਿਆਰ ਰਹੀ ਅੱਛਾ ਤੇ ਇੱਕ ਗੱਲ ਹੋਰ ਤੈਨੂੰ ਘਰੋਂ ਕੋਈ ਸਮਾਨ ਚੱਕਣ ਦੀ ਲੋੜ ਨਹੀਂ ਹੈਗੀ ਬਸ ਤੂੰ ਟਾਈਮ ਨਾਲ ਗੇਟ 'ਤੇ ਆ ਜਾਈ ਤੇਰੇ ਘਰ ਦੇ ਗੇਟ ਤੋਂ ਮੈਂ ਤੈਨੂੰ ਲੈ ਜੂੰਗਾ ਠੀਕ ਆ ਜੱਸੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਕੀ ਗੱਲ ਕਰਨੀ ਆ ਕੁਛ ਕੁ ਟਾਈਮ ਤੱਕ ਮੈਂ ਇਸ ਘਰ ਨੂੰ ਛੱਡ ਕੇ ਭੱਜ ਜਾਣਾ ਮੈਂ ਮਨਪ੍ਰੀਤ ਤੈਨੂੰ ਕੀ ਕਿਹਾ ਸੀ ਕਿ ਤੈਨੂੰ ਭੱਜਣ ਦੀ ਲੋੜ ਨਹੀਂ ਹੈਗੀ ਮੈਂ ਤੈਨੂੰ ਆਪੇ ਤਲਾਕ ਦੇ ਦੂੰਗਾ ਪਰ ਤਲਾਕ ਦਾ ਕੀ ਪਤਾ ਵੀ ਕਿੰਨੇ ਦਿਨ ਲੱਗਣਗੇ ਇੰਨਾ ਟਾਈਮ ਮੈਂ ਵੇਟ ਨਹੀਂ ਕਰ ਸਕਦੀ ਸੋ ਤਾਂ ਹੀ ਮੈਂ ਇਹੀ ਫੈਸਲਾ ਕੀਤਾ ਵੀ ਬਸ ਮੈਂ ਅੱਜ ਹੀ ਭੱਜ ਜਾਣਾ ਇਸ ਘਰ ਨੂੰ ਛੱਡ ਕੇ ਪਰ ਜਦ ਮਨਪ੍ਰੀਤ ਤੈਨੂੰ ਫੈਸਲਾ ਕਰ ਹੀ ਲਿਆ ਤੇ ਭੱਜਣਾ ਹੀ ਆ
ਫਿਰ ਤੂੰ ਜਾ ਸਕਦੀ ਯਾਰ, ਮੇਰੇ ਰੋਕੇ ਤੋਂ ਕਹਿਣਾ ਤਾਂ ਰੋਕਣਾ। ਪਰ ਜੇ ਮੈਂ ਤੈਨੂੰ ਐਂ ਛੱਡ ਕੇ ਜਾਊਂਗੀ ਤੈਨੂੰ ਬੁਰਾ ਨਹੀਂ ਲੱਗੂਗਾ? ਵਾਹ ਮਨਪ੍ਰੀਤ, ਜਿਹਨਾਂ ਤੈਨੂੰ ਇੰਨੀ ਪਰਵਾਹ ਹੋਈ ਮੇਰੀ, ਤੂੰ ਮੈਨੂੰ ਤੇ ਇਸ ਘਰ ਨੂੰ ਛੱਡ ਕੇ ਨਾ ਜਾਵੇਂ। ਜੇ ਤੂੰ ਅੱਜ ਭੱਜ ਵੀ ਗਈ ਨਾ ਤਾਂ ਮੈਨੂੰ ਅਤੇ ਤੇਰੀ ਮਾਂ ਨੂੰ ਅਤੇ ਇਹ ਸਮਾਜ ਨੂੰ ਕੀ ਮੂੰਹ ਦਿਖਾਏਂਗੀ ਤੂੰ? ਜਾ ਸਕਦੀ ਤੂੰ ਮਨਪ੍ਰੀਤ, ਲੈ ਆ ਪੈਸੇ ਲੈ ਜੀ, ਕੰਮ ਆਉਣਗੇ ਤੂੰ। ਤੂੰ ਇਹਨਾਂ ਪੈਸਿਆਂ ਦੀ ਜਗ੍ਹਾ ਮੇਰੇ ਹੱਥ 'ਚ ਆਪਣਾ ਹੱਥ ਦਿੱਤਾ ਹੁੰਦਾ ਤੇ ਉਹਨਾਂ ਹੱਥਾਂ ਨਾਲ ਮੇਰੇ ਹੱਥਾਂ ਨੂੰ ਫੜ ਕੇ ਮੈਨੂੰ ਰੋਕ ਲੈਂਦਾ। ਕਾਸ਼ ਤੂੰ ਮੈਨੂੰ ਰੋਕ ਲੈਂਦਾ ਤੁਸੀਂ। ਚੱਲ ਮਨਪ੍ਰੀਤ ਚੱਲੀਏ, ਤਿਆਰ ਆ ਤੂੰ? ਨਹੀਂ ਜੋਤ, ਮੈਂ ਤੇਰੇ ਨਾਲ ਜਾਣ ਲਈ ਤਿਆਰ ਨਹੀਂ। ਓਏ ਕੀ ਕਹਿ ਰਹੀ ਆ, ਚੱਲ ਚੱਲੀਏ। ਨਹੀਂ, ਮੈਂ ਤੇਰੇ ਨਾਲ ਕਿਤੇ ਨਹੀਂ ਜਾਣਾ। ਮੈਂ ਤਾਂ ਆਪਦੀ ਇੱਜ਼ਤ ਨਾਲ ਨਾ ਆਪਣੇ ਘਰੇ ਰਹਿਣਾ। ਮੈਂ ਨਹੀਂ ਭੱਜ ਕੇ ਆਪਦੀ ਬਦਨਾਮੀ ਕਰਵਾ ਸਕਦੀ। ਜੇ ਮੈਂ ਅੱਜ ਤੇਰੇ ਨਾਲ ਵਗ ਵੀ ਗਈ ਤਾਂ ਮੈਂ ਕੱਲ ਨੂੰ ਸਮਾਜ ਨੂੰ, ਆਪਦੀ ਮਾਂ ਨੂੰ, ਆਪਦੇ ਘਰ ਵਾਲੇ ਨੂੰ ਕੀ ਮੂੰਹ ਦਿਖਾਉਂਗੀ? ਕਿਹੜਾ ਮੂੰਹ ਲੈ ਕੇ ਬਾਹਰ ਨਿਕਲੂੰਗੀ ਮੈਂ ਦੁਨੀਆ ਦੇ ਸਾਹਮਣੇ? ਮੈਂ ਏਡੀ ਵੱਡੀ ਬਦਨਾਮੀ ਨਹੀਂ ਜਰ ਸਕਦੀ। ਅੱਛਾ, ਹੁਣ ਤੈਨੂੰ ਆਪਣਾ ਘਰ ਵਾਲਾ ਜਿੱਤੇ ਆ ਗਿਆ। ਮੈਂ ਆਪਦੇ ਘਰ ਵਾਲੇ ਨੂੰ ਨਾ ਤਾਂ ਕਦੇ ਭੁੱਲੀ ਸੀ ਤੇ ਨਾ ਭੁੱਲ ਪਾਉਂਗੀ। ਉਹ ਪਹਿਲਾਂ ਵੀ ਮੈਨੂੰ ਚੇਤੇ ਸੀ ਤੇ ਅੱਜ ਵੀ ਚੇਤੇ ਆ। ਉਹ ਤੈਨੂੰ ਬਾਲੀ ਨਹੀਂ ਚੇਤੇ ਆਉਂਦਾ? ਉਹ ਤੂੰ ਮੇਰੇ ਨਾਲ ਵਗ ਜਾ, ਮੈਨੂੰ ਐ ਨਾ ਹੋਵੇ ਜ਼ਬਰਦਸਤੀ ਕਰਨੀ ਪਵੇ। ਉਹ ਬੰਦਿਆਂ ਵਾਂਗੂ ਚੋਤ, ਮੇਰੇ ਬਾਹਰ ਛੱਡ, ਮੈਂ ਨਹੀਂ ਜਾਣਾ ਤੇਰੇ ਨਾਲ। ਛੱਡਦਾ ਨਹੀਂ ਤੈਨੂੰ। ਚੋਤ, ਬਾਹਰ ਛੱਡ ਮੇਰੀ। ਅੱਛਾ, ਆਪਦਾ ਬਾਡੀਗਾਰਡ ਵੀ ਸੱਦ ਲਿਆ? ਤੁਸੀਂ ਇੱਥੇ? ਤੈਨੂੰ ਕੀ ਲੱਗਦਾ ਜੀ ਮਨਪ੍ਰੀਤ, ਜੇ ਮੈਂ ਘਰੋਂ ਬਾਹਰ ਵਗ ਗਿਆ ਹੋਊਂਗਾ, ਉਹ ਜਿਹਦੀ ਘਰ ਵਾਲੀ ਨੇ ਭੱਜਣਾ ਹੋਵੇ ਨਾ, ਉਹ ਬੰਦਾ ਘਰੋਂ ਬਾਹਰ ਜਾਣ ਵਾਰ ਤਾਂ ਸੋਚ ਵੀ ਨਹੀਂ ਸਕਦਾ। ਉਹ ਅੱਛਾ, ਮੈਂ ਕਾਲੇ ਜੇ ਕਰਕੇ ਮੈਨੂੰ ਛੱਡ ਰਹੀ ਆ। ਖਬਰਦਾਰ, ਮੇਰੇ ਘਰ ਵਾਲੇ ਨੂੰ ਨਾ ਕਾਲਾ ਕਹਿਣ ਦਾ ਤੇਰਾ ਕੋਈ ਹੱਕ ਨਹੀਂ ਬਣਦਾ। ਕਿਉਂ, ਹੁਣ ਤੈਨੂੰ ਸੁਣਦਾ ਨਹੀਂ ਹੈਗਾ ਮੇਰੀ ਘਰ ਵਾਲੀ ਨੇ ਕੀ ਕਿਹਾ ਤੈਨੂੰ? ਉਹ ਜਦੋਂ ਉਹਨੇ ਜਾਣਾ ਨਹੀਂ ਹੈਗਾ ਤੇਰੇ ਨਾਲ, ਤੂੰ ਹੀ ਜ਼ਬਰਦਸਤੀ ਕਰੀ ਜਾਂਦਾ। ਜਾ ਬਾਜ ਇੱਥੋਂ, ਕਿਤੇ ਐਂ ਨਾ ਹੋਵੇ ਮੈਨੂੰ ਸਿੱਤਰ ਪਰੇਡ ਕਰਨੀ ਲੱਗੇ ਤੇਰੀ। ਉਹ ਕੋਈ ਨਾ, ਅੱਜ ਤਾਂ ਮੈਂ ਵਗ ਜੂੰਗਾ, ਉਹ ਤੈਨੂੰ ਵੀ ਦੇਖ ਲੂੰਗਾ। ਉਹ ਮਨਪ੍ਰੀਤ, ਤੂੰ ਵੀ ਪਛਤਾਏਂਗੀ ਆ ਕਾਲੇ ਜੇ ਪਿੱਛੇ ਲੱਗ ਕੇ। ਉਹ ਬਾਜਾ ਬਾਜਾ ਕਿਤੇ ਸਰਵਿਸ ਨਾ ਕਰਾ ਲਈ ਮੇਰੇ ਤੋਂ।
ਮਨਪ੍ਰੀਤ ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਵੱਡੀ ਗਲਤੀ ਕਰਨ ਲੱਗੀ ਸੀ, ਮੈਂ ਕਦੇ ਤੁਹਾਡੇ ਪਿਆਰ ਨੂੰ ਸਮਝ ਹੀ ਨਹੀਂ ਸਕੀ। ਕੋਈ ਗੱਲ ਨਹੀਂ ਮਨਪ੍ਰੀਤ, ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ ਨਾ, ਬਸ ਇੰਨਾ ਬਹੁਤ ਆ। ਪਰ ਜੱਸੀ ਫੇਰ ਵੀ ਮੈਂ ਤੁਹਾਡੇ ਰੰਗ ਨੂੰ ਲੈ ਕੇ ਤੁਹਾਨੂੰ ਕਿੰਨੀਆਂ ਪੁੱਠੀਆਂ ਸਿੱਧੀਆਂ ਗੱਲਾਂ ਬੋਲਦੀ ਰਹੀ, ਕਿੰਨਾ ਕੁਛ ਕਹਿੰਦੀ ਰਹੀ, ਕਿੰਨੀਆਂ ਗੱਲਾਂ ਸੁਣਾਈਆਂ। ਉਹ ਕੋਈ ਨਾ ਮਨਪ੍ਰੀਤ, ਫਿਰ ਕਿਉਂ ਗਿਆ ਯਾਰ, ਨਾਲੇ ਐਂ ਕਰੀ ਤੂੰ ਆਹ ਜਿਹੜੇ ਫੇਸ ਆਪਦੇ ਮੂੰਹ 'ਤੇ ਲਾਉਣੀ ਹੈ ਨਾ, ਕੋਈ ਫੇਸ ਨੂੰ ਮੇਰੇ ਮੂੰਹ 'ਤੇ ਲੱਗ ਨਾ, ਰੰਗ ਗੋਰਾ ਕਰ ਦੀ ਤੇਰੇ ਵਾਂਗੂ, ਠੀਕ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੇ ਸਰਜਾ ਨੇ ਬਹੁਤ ਵਧੀਆ ਹੋਵੋਗੇ। ਸੋ ਆਪਣੀ ਕਿਰਾਏਦਾਰਨੀ ਦਾ ਭਾਗ ਪੰਜਵੇਂ ਤੇ ਜਿਨ੍ਹਾਂ ਨੇ ਪਹਿਲੇ 15 ਕਮੈਂਟ ਕੀਤੇ ਨੇ ਮੈਂ ਉਹਨਾਂ ਦੇ ਨਾਮ ਬੋਲਣ ਲੱਗੀ ਹਾਂ। ਸੁਖਵਿੰਦਰ ਸਿੰਘ ਸੋਹੀ, ਪ੍ਰਿਯੰਕਾ ਦੇਵਲ, ਸੁਖਦੀਪ ਸਿੱਧੂ, ਗੁਰਮੇਲ ਸਿੰਘ, ਨਵਪ੍ਰੀਤ ਪੰਗੂ, ਰਾਜਪੁੱਲਰ, ਇਹਨਾਂ ਨੇ ਕਾਫੀ ਲੰਮੇ ਸਾਰੇ ਇੱਕੋ ਵਾਰੀ 'ਚ ਕਮੈਂਟ ਕੀਤੇ ਹੋਏ ਨੇ। ਅਤੇ ਜਸਕਰਨ ਸਿੰਘ, ਪ੍ਰਭ ਚਹਿਲ, ਨੀਲਮ ਜਸਪਾਲ, ਮਨਿੰਦਰ ਡਾਲੀਓ, ਰਜਵੰਤ ਕੌਰ, ਜਸਵਿੰਦਰ ਸਿੱਧੂ, ਜਸ ਕੌਰ, ਅਤੇ ਇੱਕ ਕਿਹੜਾ ਗੁਰਪਿੰਦਰ ਵਿਰਕ। ਅਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਥੈਂਕ ਯੂ ਸੋ ਮੱਚ, ਐਵੇਂ ਸਪੋਰਟ ਕਰਦੇ ਰਹੋ ਅਤੇ ਪਿਆਰ ਵੀ ਕਰਦੇ ਰਹੋ, ਵੀਡੀਓਜ਼ ਨੂੰ ਵੀ ਐਵੇਂ ਪਿਆਰ ਦਿੰਦੇ ਰਹੋ। ਸਾਡੇ ਚੈਨਲ ਯੂਥ ਡਿਜ਼ਾਇਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਦਿਆ ਕਰੋ। ਫੇਸਬੁੱਕ 'ਤੇ ਵੀ ਆਪਣਾ ਇਹੀ ਯੂਥ ਡਿਜ਼ਾਇਰ ਨੇਮ 'ਤੇ ਪੇਜ ਆ, ਉਹਨੂੰ ਵੀ ਫੋਲੋ ਜ਼ਰੂਰ ਕਰ ਲਿਓ। ਇੱਦਾਂ ਹੀ ਫੇਸਬੁੱਕ 'ਤੇ ਵੀ ਸਪੋਰਟ ਕਰਿਓ ਜਿਵੇਂ ਤੁਸੀਂ ਯੂਟਿਊਬ 'ਤੇ ਕਰਦੇ ਹੋ। ਸੋ ਵੀਡੀਓ ਬਣਾਉਣ ਲਈ ਨਾ ਬਹੁਤ ਸਾਰੀ ਮਿਹਨਤ ਲੱਗਦੀ ਆ, ਮਤਲਬ ਸਾਰੀ ਦੁਪਹਿਰ ਸਾਡੇ ਸਿਰ ਉੱਤੋਂ ਦੀ ਲੰਘ ਜਾਂਦੀ ਆ ਵੀ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਦੇ ਸਕੀਏ, ਕਿਉਂਕਿ ਕਈ ਵਾਰੀ ਪਾਰਟ ਲੇਟ ਹੋ ਜਾਂਦਾ ਤਾਂ ਸਾਨੂੰ ਮੈਸੇਜ ਬਹੁਤ ਆਉਂਦੇ ਆ ਵੀ ਤੁਹਾਡਾ ਪਾਰਟ ਕਿਉਂ ਨਹੀਂ ਆਇਆ। ਪਰ ਜਦੋਂ ਤੁਸੀਂ ਰੱਜਵਾਂ ਪਿਆਰ ਨਹੀਂ ਨਾ ਦਿੰਦੇ ਫਿਰ ਗੁੱਸਾ ਬਹੁਤ ਆਉਂਦਾ, ਹੁਣ ਤੁਸੀਂ ਐਵੇਂ ਹੀ ਪਿਆਰ ਕਰਦੇ ਰਹੋ, ਠੀਕ ਆ। ਤੁਸੀਂ ਕੁਛ ਕਹਿ ਦਿਓ। ਬਸ ਮੈਂ ਤਾਂ ਇਹੀ ਕਹੂੰਗੀ, ਤੁਸੀਂ ਇੰਨਾ ਪਿਆਰ ਦਿੱਤਾ, ਬਹੁਤ ਧੰਨਵਾਦ ਤੁਹਾਡਾ, ਇੱਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ, ਇਹਨਾਂ ਭੈਣ ਭਰਾਵਾਂ ਦੀ ਮਿਹਨਤ ਨੂੰ ਹੈ ਨਾ ਫਲ ਲੱਗੇ, ਬਸ ਆਪਾਂ ਤਾਂ ਇਹੀ ਚਾਹੁੰਦੇ ਹਾਂ, ਪਰਮਾਤਮਾ ਇਹਨਾਂ ਨੂੰ ਬਹੁਤ ਵਧਾਵੇ। ਥੈਂਕ ਯੂ ਵੈਰੀ ਮੱਚ। ਹੋਰ ਜੀ ਬਾਈ, ਗਰਮੀ ਬਹੁਤ ਆ ਅਤੇ ਤੁਹਾਨੂੰ ਪਤਾ ਹੀ ਆ, ਦੇਖੋ ਹੁਣ ਵੀ ਮੁੜਕੇ ਹੋ ਰਿਹਾ ਮੈਂ ਤਾਈ। ਲੱਭੀਓ ਸਾਰਿਆਂ ਨੂੰ, ਕਿਰਾਏਦਾਰਨੀ ਲਈ ਇਹਨੇ ਬਹੁਤ ਜ਼ਿਆਦਾ ਐਫਰਟਸ ਕੀਤੇ ਆ, ਬਿਕੋਜ਼ ਇਹਦੇ 'ਤੇ ਅਸੀਂ ਕਾਲ ਚਲਾਉਂਦੇ ਹਾਂ, ਕਾਲੇ ਦੀ, ਉਹਦੀ ਤਵੇ ਦੀ, ਇਹਨੂੰ ਫਿਰ ਅਸੀਂ ਕਾਲਾ ਕਰਦੇ ਹਾਂ, ਵਿਚਾਰੇ ਨੂੰ ਮੁੜਕਾ ਹੀ ਆਈ ਜਾਂਦਾ ਸਾਰਾ ਦਿਨ, ਨਾ ਇਹ ਪੂੰਝਣ ਜੋਗਾ, ਨਾ ਇਹ ਕਿਸੇ ਨੂੰ ਕੁਛ ਕਹਿਣ ਜੋਗਾ, ਇਹਨੂੰ ਪਤਾ ਵੀ ਜੇ ਪੂੰਝੂਗਾ ਰੰਗ ਲੈ ਜੂਗਾ। ਹਾਂਜੀ ਚਲੋ ਜੀ, ਧੰਨਵਾਦ ਜੀ ਸਾਰਿਆਂ ਦਾ, ਓਕੇ ਜੀ।